कंगना रनआउट ने शुभ भाई दोबारा रिप्लाई दिया तो शुभ ने भी कंगना रनआउट में दोबारा पॉप किया है। करण ओजला भाई ने अगेन सिद्धू मूसेवाले भाई के सॉन्ग पर रिएक्शन भी किया है, उन्होंने भी डिस्कस कर लेंगे। सत श्री अकाल, की हाल चाल ने, सारे ठीक ठाक हो गए? शुभ भाई ने जो धमाल पाई आ वो अपन सारे नु पता ही आ। ते अज अली किंग भाई जिहड़ा पाकिस्तान तो बहुत घेंट वीडियो बनाउंदा भाई, उन्हां दी न्यू वीडियो आई आ, ते उन्हां कोई गलबात की है। शुभ भाई का कोई नवा गाना शायद लीक हो गया वा, ते कंगना रनौत ने भी कुछ रिप्लाई किए आ, तो बाद शुभ भाई ने भी उन्हूं पोक किया वा। तो चलो देखते हैं भाई की वीडियो शुरू तो लैके एंड तक जरूर देखियो। तो जिहड़े शुभ भाई नूं प्यार करते वीडियो लाइक कमेंट शेयर जरूर कर दिओ, सिद्धू वाले नूं, करण औजले भाई नूं प्यार करने वाले सारे वीडियो शेयर कर दिओ। बाकी गल आपां बाद च करांगे, पहले देखांगे वीडियो। सब ने पहले आप गल कर देते हैं जिमें कि रीसेंट में शुभ भाई ने सरप्राइजिंगली याद रियो ईपी ड्रॉप की, तो ईपी ने बहुत ज्यादा रिकॉर्ड ब्रेक के चार्ट्स से रोल कर रही है, स्ट्रीम नंबर वन हैगी हर जगह पे। तो शुभ भाई के यूट्यूब से 4 मिलियन प्लस सब्सक्राइबर्स हो गए हैं, जो कि रीसेंटली 4 मिलियन का माइलस्टोन कंप्लीट होया। फिर उन्होंने रियो ईपी के एप्पल म्यूजिक टिंग शी ट्रैक टॉप सॉन्ग के नंबर वन से रैंक कर रही है। अगर आप गल कर लीजिए टॉप 25 सॉन्ग्स ऑफ विनिपेग, उन्होंने भी उन्होंने किंग शी ट्रैक नंबर वन से है। जो आप वैंकूवर ਟੋਰਟੋ ਦੀ ਗੱਲ ਕਰ ਰਹੀ ਤੇ ਉਹ ਲਿਸਟ ਤੇ ਸ਼ੁਭ ਬਾਈ ਦੇ 3 ਸੌਂਗਸ ਨੰਬਰ 1 2 3 ਤੇ ਰੈਂਕ ਕਰ ਰਹੇ ਨੇ, ਜੋ ਕਿ ਬਹੁਤ ਹੀ ਵੱਡੀ ਗੱਲ ਹੈ। ਕੁਝ ਦਿਨ ਪਹਿਲੇ ਈਪੀ ਡ੍ਰੌਪ ਕੀਤੀ ਤੇ ਟੌਪ 3 ਦੇ ਵਿੱਚੋਂ 3 ਸੌਂਗਸ ਤੁਹਾਡੀ ਈਪੀ ਦੇ ਨੇ ਯਾਰ। ਫਿਰ ਆਪਾਂ ਸਪੋਟੀਫਾਈ ਦੇ ਚਾਰਟਸ ਦੀ ਗੱਲ ਕਰ ਰਹੀ ਤੇ ਸਪੋਟੀਫਾਈ ਤੇ ਵੀ ਈਪੀ ਬਹੁਤ ਹੀ ਵੱਡੇ ਰਿਕਾਰਡ ਤੋੜ ਰਹੀ ਹੈ, ਖਾਸ ਤੌਰ ਤੇ ਪੰਜਾਬੀ ਪਲੇਲਿਸਟ 101 ਜਿਹਨੂੰ ਸਿੱਧੂ ਮੂਸੇਵਾਲੇ ਬਾਈ ਵੀ ਪ੍ਰਮੋਟ ਕਰਦੇ ਹੁੰਦੇ ਸੀ। ਉਹ ਪਲੇਲਿਸਟ ਦੀ ਡੀਪੀ ਤੇ ਵੀ ਸ਼ੁਭ ਬਾਈ ਦੀ ਤਸਵੀਰ ਲਾ ਦਿੱਤੀ ਗਈ ਹੈ ਤੇ ਪੰਜਾਬੀ 101 ਪਲੇਲਿਸਟ ਵਿੱਚ ਸ਼ੁਭ ਬਾਈ ਦੀ ਕਿੰਗ ਸ਼ੀ ਟਰੈਕ ਨੰਬਰ 1 ਤੇ ਰੋਲ ਕਰ ਰਹੀ ਹੈ। ਤੇ ਪਤੰਦਰ ਟਰਾਟੋ ਬਿਲ ਬੋਰਡਸ ਤੇ ਵੀ ਛਾਇਆ ਹੋਇਆ ਹੈ ਇਸ ਟਾਈਮ। ਬਿਲ ਬੋਰਡ ਤੇ ਆਏ ਮਹੀਨੇ ਬੁੱਕਦਾਰ ਕਾਨੇ ਸੋਲੋ ਚੱਲਦੇ। ਫਿਰ ਆਪਾਂ ਗੱਲ ਕਰ ਲਈ ਕੰਗਨਾ ਰਨੌਤ ਨੇ ਸ਼ੁਭ ਬਾਈ ਦੀ ਰਿਓ ਈਪੀ ਵਿੱਚ ਕੁਝ ਕੁ ਜਾਣਾ ਨਾ ਪਰਸਨਲੀ ਸੀਰੀਅਸ ਲੈ ਕੇ ਆਦੀ ਮੂਵੀ ਦੀ ਪ੍ਰੋਮੋਸ਼ਨ ਸ਼ੁਰੂ ਕਰਤੀ ਹੈ ਤੇ ਕੰਗਨਾ ਲੋਕਾਂ ਨੇ ਟਵਿੱਟਰ ਪੋਸਟ ਦੇ ਰਿਵਿਊਜ਼ ਨੂੰ ਆਦੀ ਸਟੋਰੀਆਂ ਤੇ ਲਾ ਕੇ ਮੂਵੀ ਨੂੰ ਪ੍ਰੋਮੋਟ ਕਰ ਰਹੀ ਹੈ ਤੇ ਨਾਲ ਹੀ ਉਹਨੇ ਸ਼ੁਭ ਬਾਈ ਦੀ ਉਹ ਵਾਲੀ ਲਾਈਨ ਜਿੰਨੇ ਸ਼ੁਭ ਬਾਈ ਨੇ ਕਿਹਾ ਸੀ ਫੜ ਲੀਡਰਾਂ ਦੇ ਹੱਥ ਫਿਰੇ ਚੱਲਦੇ ਨੇ। ਮੋਦੀ ਜੀ ਦੀ ਰੀਲਾਂ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ ਨੇ। ਬਚਪਨ ਮੇਂ ਵਿਵੇਕਾਨੰਦ ਜੀ ਕੋ ਬਹੁਤ ਪੜ੍ਹਤਾ ਰਹਿਤਾ ਥਾ। ਇਹਨਾਂ ਸਾਰੀਆਂ ਸਟੋਰੀਆਂ ਦੇ ਰਿਪਲਾਈ ਸ਼ੁਭ ਬਾਈ ਨੇ ਆਦੀ ਇੰਸਟਾਗ੍ਰਾਮ ਤੇ ਇੱਕ ਸਟੋਰੀ ਲਾਈ ਜਿਹਦੇ ਵਿੱਚ ਉਹਨਾਂ ਨੇ ਇਨਡਾਇਰੈਕਟਲੀ ਕੰਗਨਾ ਨੂੰ ਪੋਪ ਕੀਤਾ ਕਿ ਉਹਨਾਂ ਦੀ ਈਪੀ ਨੂੰ ਕੁਝ ਦਿਨ ਹੋਏ ਤੇ ਉਹ ਟੋਰਾਂਟੋ ਈਟਨ ਸੈਂਟਰ ਤੇ ਬਿਲਬੋਰਡਸ ਤੇ ਰੂਲ ਕਰ ਰਹੀ ਹੈ ਤੇ ਨਾਲ ਉਹਨਾਂ ਨੇ ਇਹ ਲਾਈਨ ਸ਼ੇਅਰ ਕੀਤੀ ਟੋਰਾਂਟੋ ਪੂਰਾ ਦਬਦਬਾ ਤੇਰੇ ਯਾਰ ਦਾ ਨਿੱਜ ਗਰੇ ਨਾ ਭਰੇ ਆਇਆ ਕਿੱਥੇ ਹਾਲ। ਜਿੱਥੇ ਕੰਗਨਾ ਨੂੰ ਇਹਨਾਂ ਹੇਟ ਮਿਲ ਰਿਹਾ ਉੱਥੇ ਦੂਜੀ ਬਾਲੀਵੁੱਡ ਐਕਟ੍ਰੈਸ ਸ਼ੁਭ ਬਾਈ ਨੂੰ ਸਪੋਰਟ ਕਰ ਰਹੀ ਹਨ, ਜਿਵੇਂ ਕਿ ਸਾਰਾ ਅਲੀ ਖਾਨ ਨੇ ਪਹਿਲੇ ਸ਼ੁਭ ਬਾਈ ਦੀ ਰੁਥਲਾ ਸਟ੍ਰੈਕ ਕਰੀ ਆਦੀ ਸਟੋਰੀ ਤੇ ਲਾਈ ਸੀ ਸਾਡੇ ਕੰਮ ਜ਼ਿਆਦਾ ਬੋਲਦੇ। ਤੇ ਰੀਸੈਂਟਲੀ ਉਹਨੇ ਜੈਕਸ ਦੇ ਰੀਮਿਕਸ ਵਰੀਅਰ ਨੂੰ ਵੀ ਆਦੀ ਇੰਸਟਾਗ੍ਰਾਮ ਸਟੋਰੀ ਤੇ ਲਾਇਆ ਕੋਈ। ਇਸ ਤੋਂ ਪਹਿਲੇ ਆਦਿਆ ਬਟ ਤੇ ਹੋਰ ਬਾਲੀਵੁੱਡ ਐਕਟਰਸ ਸ਼ੁਭ ਬਾਈ ਦੀ ਤਾਰੀਫ ਕਰ ਚੁੱਕੇ ਨੇ। ਜੈਕਸ ਬਾਈ ਸ਼ੁਭ, ਸ਼ੁਭ ਇਜ਼ ਵੈਰੀ ਗੁੱਡ ਫਰੈਂਡ ਆਫ ਮਾਈਨ, ਵੈਰੀ ਗੁੱਡ ਮੁੰਡਾ ਬਈ ਸ਼ੁਭ। ਸ਼ੁਭ ਯੂ ਦਾ ਫਿਊਚਰ ਮਾਈ ਡਾਰਲਿੰਗ। ਪੈਨ ਕੱਟ ਦਿਓ। ਫਿਰ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਇੱਕ ਵੱਡੇ ਰਿਕਾਰਡ ਦੇ ਬਾਰੇ ਵੀ ਡਿਸਕਸ਼ਨ ਕਰ ਲੈਨੇ, ਜਿਵੇਂ ਰੀਸੈਂਟਲੀ ਸ਼ੁਭ ਨੇ ਲਿਓ ਈਪੀ ਸਰਪ੍ਰਾਈਜ਼ਿੰਗਲੀ ਡ੍ਰੌਪ ਕੀਤੀ ਆਦੇ ਆਈਡੀਅਲ ਨੂੰ ਫਾਲੋ ਕਰਦੇ, ਉਵੇਂ ਹੀ ਸਿੱਧੂ ਮੂਸੇਵਾਲੇ ਬਾਈ ਨੇ 2022 ਚ ਇੱਕ ਨੋ ਨੇਮ ਈਪੀ ਰਿਲੀਜ਼ ਕੀਤੀ ਸੀ। ਉਹ ਵੀ ਇੰਜੀ ਸਰਪ੍ਰਾਈਜ਼ਿੰਗਲੀ ਰਿਲੀਜ਼ ਕੀਤੀ ਗਈ ਸੀ ਤੇ ਕੋਈ ਅਨਾਉਂਸਮੈਂਟ ਨਹੀਂ, ਕੋਈ ਉਹਦੀ ਪ੍ਰੋਮੋਸ਼ਨਸ ਨਹੀਂ। ਨੋ ਨੇਮ ਈਪੀ ਵੀ ਸਪੋਟੀਫਾਈ ਤੇ 400 ਮਿਲੀਅਨ ਪਲੱਸ ਸਟ੍ਰੀਮਸ ਕ੍ਰੋਸ ਕਰ ਚੁੱਕੀ, ਜਿਵੇਂ ਸਿੱਧੂ ਬਾਈ ਦੀ ਮੂਵ ਸਟੇਪ 1 ਬਿਲੀਅਨ ਪਲੱਸ ਸਟ੍ਰੀਮਸ ਕਰ ਗਈ। ਤੁਸੀਂ ਇਹਨੂੰ ਵੀ ਸਟ੍ਰੀਮਾ ਕਰ ਕੇ 1 ਬਿਲੀਅਨ ਕਰਵਾਣਾ, ਸੋ ਕੀਪ ਲਿਸਨਿੰਗ ਸਿੱਧੂ ਮੂਸੇਵਾਲਾ ਬਾਈ ਔਨ ਸਪੋਟੀਫਾਈ। ਹਣੇ ਕੰਮ ਹੁਣ ਤੋਂ ਹੀ ਜੋ ਕਰੇ ਨੇ ਸ਼ੁਭ ਬਾਈ ਦੇ ਇੱਕ ਸੌਂਗ ਦੇ ਬਾਰੇ ਵੀ ਮੈਂ ਡਿਸਕਸ ਕਰਾਂਗਾ। ਉਸ ਤੋਂ ਪਹਿਲੇ ਆਪਾਂ ਗੱਲ ਕਰ ਲੈਣੇ ਕਰਨ ਔਜਲਾ ਬਾਈ ਨੇ ਸਿੱਧੂ ਮੂਸੇਵਾਲੇ ਬਾਈ ਦੇ ਇੱਕ ਸੌਂਗ ਤੇ ਰਿਐਕਸ਼ਨ ਕੀਤਾ, ਜੋ ਕਿ ਸੁਣਨ ਵਿੱਚ ਬਹੁਤ ਹੀ ਅਮੇਜ਼ਿੰਗ ਗੱਲ ਲੱਗ ਰਹੀ ਹੈ। ਜਿਵੇਂ ਉਹਨਾਂ ਨੇ ਪਹਿਲੇ ਸਿੱਧੂ ਮੂਸੇਵਾਲੇ ਬਾਈ ਦੀ ਚੋਰੀ ਟਰੈਕ ਦੇ ਬਾਰੇ ਗੱਲ ਕੀਤੀ ਸੀ ਆਪਣੇ ਇੰਸਟਾਗ੍ਰਾਮ ਲਾਈਵ ਦੇ ਵਿੱਚ। ਭਾਈ ਨੇ ਸਿੱਧੂ ਮੂਸੇਵਾਲਾ ਮੈਂ ਦੀ ਖਿੱਲ ਨੇ ਬਹੁਤ ਘੈਂਟ ਗਾਣਾ ਆ ਭਰਾਵਾਂ ਦਾ। ਉਹਨੇ ਰੀਸੈਂਟਲੀ ਉਹਨਾਂ ਨੇ ਬਾਦ ਅਜ ਲਾਲਪੁਰੀ ਇੱਕ ਕਬੱਡੀ ਪਲੇਅਰ ਹੈਗੇ ਨੇ, ਉਹਨਾਂ ਨੇ ਰੀਲ ਸ਼ੇਅਰ ਕੀਤੀ ਸੀ ਤੇ ਪਿੱਛੇ ਉਹਨਾਂ ਨੇ ਸਿੱਧੂ ਮੂਸੇਵਾਲੇ ਬਾਈ ਦੀ ਯੈਸ ਆਈ ਐਮ ਸਟੂਡੈਂਟ ਮੂਵੀ ਦੇ ਵਿੱਚੋਂ ਬਾਪੂ ਟਰੈਕ ਨੂੰ ਐਜ਼ ਅ ਸਾਊਂਡ ਯੂਜ਼ ਕੀਤਾ ਹੋਇਆ ਸੀ। ਤੇ ਜਿਵੇਂ ਕਿ ਕਰਨ ਔਜਲਾ ਬਾਈ ਪਹਿਲਾਂ ਜਲਾਲਪੁਰੀਆ ਨੂੰ ਇੰਸਟਾਗ੍ਰਾਮ ਤੇ ਫਾਲੋ ਵੀ ਕਰਦੇ ਨੇ, ਉਹਨਾਂ ਦੀ ਉਹ ਵਾਲੀ ਰੀਲ ਨੂੰ ਲਾਈਕ ਵੀ ਕੀਤਾ, ਜੋ ਕਿ ਪੈਰਲਲ ਮੀਨਿੰਗ ਇਸ ਸੋਚੀਏ ਤੇ ਸਿੱਧੂ ਮੂਸੇਵਾਲੇ ਬਾਈ ਦੇ ਸੌਂਗ ਤੇ ਕਰਨ ਔਜਲਾ ਬਾਈ ਨੇ ਇੱਕ ਰਿਐਕਸ਼ਨ ਕੀਤਾ ਹਾਰਟ ਦਾ। ਦੁਨੀਆ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ। ਫਿਰ ਆਪਾਂ ਗੱਲ ਕਰ ਲੈਂਦੇ ਸ਼ੁਭ ਬਾਈ ਦੇ ਇੱਕ ਲੀਕਡ ਸੌਂਗ ਦੇ ਬਾਰੇ, ਜੋ ਕਿ ਸੋਸ਼ਲ ਮੀਡੀਆ ਤੇ ਜਿਉਂ ਈਪੀ ਤੋਂ ਬਾਅਦ ਬਹੁਤ ਟ੍ਰੈਂਡ ਹੋ ਰਿਹਾ ਹੈ। ਲੋਕ ਕਹਿ ਰਹੇ ਨੇ ਕਿ ਸ਼ੁਭ ਬਾਈ ਦਾ ਅਪਕਮਿੰਗ ਸੌਂਗ ਸੀ ਉਹ ਲੀਕ ਹੋ ਗਿਆ, ਇਹਦੇ ਵਿੱਚ ਵੀ ਕੁਝ ਕੁ ਲੈਣਾ ਨੇ ਜਿਹੜੀਆਂ ਲੋਕ ਮੰਨ ਕੇ ਚੱਲਦੇ ਨੇ ਕਿ ਇਹ ਵੀ ਕਿਸੇ ਨੂੰ ਰਿਪਲਾਈ ਹੋਵੇ। ਵੱਡੇ ਬੈਲੀਆਂ ਦੇ ਕੱਟ ਦਾ ਭੁਲੇਖੇ ਜੱਟ ਨਹੀਂ, ਬਟ ਮੇਰੀ ਜਾਨ ਇੱਥੇ ਕਲੈਰੀ
क्लेरिफिकेशन करनी चाहना कि ए शुभ भाई का बहुत ही पुराना सॉन्ग है, इन ऑफिशियली कितने भी रिलीज नहीं से किया गया, जो कि त्यारा जाट के नाल पहले शुभ भाई के काफी गाने सन वी रोलिन ते एलिवेटर दी वीडियो च भी आपां नूं वेख सकने, उन्हें इन्हां गाणियां दी ऑडियो इंजीनियरिंग भी कीती सी। सो ए ट्रैक उनके ब्रदर दे नाल इक शुभ भाई दी कोलैबोरेशन ट्रैक सी, जो कि हाले तक तां आपां शुभ भाई दी सारी सिंगल ट्रैक ही सुनियां सन, बट ए पहली ट्रैक सी जिंदे शुभ भाई ने रैप लाया सी, ते मेरे ख्याल नाल ए वी रोलिन तों भी पहली उन्हां दी डेब्यू ट्रैक हैगी सी। बाद च शुभ भाई दी त्यारा जाट दे नाल इक म्यूजिक करके कंट्रोवर्सी बन गई सी, जिंदे करके उन्हां नूं स्टील रोलिन एल्बम तों बाद यूट्यूब ते कॉपीराइट स्ट्राइक्स ही दित्ते सी त्यारा जाट ने, उस तों बाद ए गाने नूं ऑफिशियली लीक करता गया सी। सो ए नवां सॉन्ग नहीं हैगा, पुराना सॉन्ग ही है, इन्हां लाइन्स वाकई बहुत सिख ने जो कि तुसीं सुन सकदे जे। इंस्टाग्राम दा लिंक डिस्क्रिप्शन है जै, बहुत तगड़ी न्यूज इकट्ठी करदा मैं देखिया भाई, जदों भी कोई न्यूज करदा ना ते बहुत तरीके नाल समझाउंदा आ गल करदा, ते मैनूं भाई दी न्यूज़ वधिया लगी। बाकी यार कंगना रणौत ते मच गई आ, बाकी जिहड़े ज़्यादा शुभ नूं हेट करदे ओह भाई अपना अपना राह वेखो, कोई चक्कर नहीं, इत्थे वाधू आए ते वाधू जाणे आ, कोई चक्कर नहीं भाई। ते बाकी जे अहीं अज्ज अज्ज अपने बंदे दी सपोर्ट करदे आ ते असीं करांगे, विच कोई हेट नहीं आ, असीं दूजिआं नूं सपोर्ट करदे आ ते अपने बंदे नूं सपोर्ट करदे आ। जे अज्ज उस बंदे दी तुसीं बांह छड्डी ते पंजाबियां ने फड़ ली, पंजाब ने फड़ ली, बाकी सब ने छड़ती, पंजाब ने फड़ी वह बंदे की बांह, तो असी कि पिछे हट जाइए। भाई शुभ भाई घेंट काम करता, सानू कोई चंगी लिखत मिलू अं जरूर सपोर्ट करांगे। सिद्धू भाई खोया गया यदा मतलब थोड़ा अभी सारे गवाई जाने हैं, तो जोड़े चंगे उन्होंने असी अगे सपोर्ट नहीं करनी, खुल के सपोर्ट करांगे। बाकी तुम दस्यो तुम्हें यह सौग कि लगा, वधिया लगा तो वीडियो लाइक कमेंट शेयर जरूर कर दो, बाकी तुम्हें वीडियो कि लगी जरूर दस्यो, तो बाकी अपने विचार कमेंट बॉक्स दे सकते हो। मिलते हैं जल्दी नैक्सट वीडियो, सत श्री अकाल, बाय बाय।